ਬੰਦੂਕਾਂ ਨਾਲ ਲੈਸ ਹੋ ਕੇ ਆਏ ਕਾਰ ਸਵਾਰ ਲੁਟੇਰੇ ਵਪਾਰੀ ਤੋਂ ਲੁੱਟ ਕੇ ਲੈ ਗਏ 18 ਲੱਖ ਬਣ ਕੇ ਆਏ ਸੀ ਸਟਾਫ ਦੇ ਅਧਿਕਾਰੀ ਹਥਿਆਰਾਂ ਦੀ ਨੋਕ ਤੇ ਦਿੱਤਾ ਵਾਰਦਾਤ ਨੂੰ ਅੰਜਾਮ ਦੱਸਦੇ ਕਿ ਲੁਟੇਰਿਆਂ ਨੇ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਹੈ ਜਿੱਥੇ ਉਹਨਾਂ ਨੇ ਇੱਕ ਵਪਾਰੀ ਕੋਲੋਂ ਕਰੀਬ 18 ਲੱਖ ਦੀ ਲੁੱਟ ਕੀਤੀ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਮਿਲੀ ਜਾਣਕਾਰੀ ਅਨੁਸਾਰ ਲੁਟੇਰੇ ਕਾਰ 'ਚ ਸਵਾਰ ਹੋ ਕੇ ਆਏ ਸੀ ਤੇ ਸਟਾਫ ਦੇ ਅਧਿਕਾਰੀ ਬਣ ਕੇ ਆਏ ਸੀ ਤੇ ਉਹਨਾਂ ਦੇ ਕੋਲ ਹਥਿਆਰ ਵੀ ਸੀ ਤੇ ਹਥਿਆਰਾਂ ਦੀ ਨੋਕ ਤੇ ਉਹਨਾਂ ਵੱਲੋਂ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਘਟਨਾ ਕਰਨਾਲ ਦੀ ਹੈ ਜਿੱਥੇ ਇੱਕ ਵਪਾਰੀ ਤੋਂ ਕਾਰ ਸਵਾਰ ਲੁਟੇਰੇ ਲੱਖਾਂ ਰੁਪਏ ਲੁੱਟ ਕੇ ਲੈ ਗਏ ਤੇ ਘਟਨਾ ਦੀ ਸੂਚਨਾ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਣਕਾਰੀ ਅਨੁਸਾਰ ਚਾਵਲ ਵਪਾਰੀ ਨੇ ਦੋ ਕਰਮਚਾਰੀਆਂ ਨੂੰ ਮੰਡੀ ਤੋਂ 18 ਲੱਖ ਰੁਪਏ ਕੈਸ਼ ਲੈਣ ਲਈ ਭੇਜਿਆ ਸੀ ਤੇ ਦੋਨੋਂ ਕਰਮਚਾਰੀ ਬਾਈਕ ਤੇ ਸਵਾਰ ਹੋ ਕੇ ਮੰਡੀ ਪਹੁੰਚਦੇ ਨੇ ਜਿੱਥੋਂ ਉਹਨਾਂ ਨੇ ਆੜਤੀ ਦੀ ਦੁਕਾਨ ਤੋਂ ਪੇਮੈਂਟ ਲਈ ਅਤੇ ਬਾਈਕ ਤੇ ਸਵਾਰ ਹੋ ਕੇ ਮੰਡੀ ਵੱਲ ਆ ਰਹੇ ਸੀ ਜਿਸ ਤੋਂ ਬਾਅਦ ਰਸਤੇ ਦੇ ਵਿੱਚ ਕਾਰ ਸਵਾਰ 3 ਨੌਜਵਾਨਾਂ ਵੱਲੋਂ ਇਹਨਾਂ ਨੂੰ ਘੇਰ ਲਿਆ ਜਾਂਦਾ ਹੈ ਤੇ ਨੀਚੇ ਉਤਰਨ ਲਈ ਕਿਹਾ ਜਾਂਦਾ ਹੈ ਤੇ ਨਾਲ ਹੀ ਕਿਹਾ ਜਾਂਦਾ ਕਿ ਉਹ ਸਟਾਫ ਦੇ ਬੰਦੇ ਨੇ ਤੇ ਪੁੱਛਦੇ ਨੇ ਕਿ ਇਹ ਪੇਮੈਂਟ ਕਿੱਥੋਂ ਆਈ ਹੈ ਚਲੋ ਵਾਪਸ ਚਲੋ ਜਿਸ ਤੋਂ ਬਾਅਦ ਇਹਨਾਂ ਆਰੋਪੀਆਂ ਵੱਲੋਂ 18 ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸੂਚਨਾ ਤੋਂ ਬਾਅਦ ਪੁਲਿਸ ਦੀ CIA ਟੀਮ ਪਹੁੰਚਦੀ ਹੈ ਤੇ ਇਸ ਸੰਬੰਧੀ ਜਾਂਚ ਕਰ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਬਦਮਾਸ਼ ਆਪਣੇ ਹੱਥ ਦੇ ਵਿੱਚ ਇੱਕ ਵਾਇਰਲੈਸ ਉਪਕਰਨ ਵੀ ਲੈ ਕੇ ਆਏ ਸੀ ਜੋ ਕਿ ਉਹਨਾਂ ਨੇ ਬਾਈਕ ਸਵਾਰ ਨੌਜਵਾਨਾਂ ਨੂੰ ਦਿਖਾਇਆ ਤੇ ਕਿਹਾ ਕਿ ਉਹ ਸਟਾਫ ਤੋਂ ਆਏ ਨੇ ਵਾਇਰਲੈਸ ਉਪਕਰਨ ਦੇ ਕੇ ਬਾਈਕ ਸਵਾਰ ਨੌਜਵਾਨ ਕੁਝ ਵੀ ਨਹੀਂ ਸਮਝ ਪਾਏ ਤੇ ਉਹਨਾਂ ਨੇ ਬੰਦੂਕ ਦਿਖਾ ਕੇ ਡਰਾਇਆ ਜਿਸ ਤੋਂ ਬਾਅਦ 18 ਲੱਖ ਰੁਪਏ ਲੁੱਟ ਕੇ ਲੈ ਗਏ ਤੇ ਨਾ ਮੇਰੇ ਸਟਾਫ ਕੇ ਦੋ ਲੜਕੋ ਨੇ ਪੇਮੈਂਟ ਉਠਾਈ ਹੈ 18 ਲੱਖ ਰੁਪਏ ਤੋ ਜਬ ਉਹ ਯਹਾਂ ਪੇ ਪਹੁੰਚਤੇ ਹੈ ਮੰਡੀ ਕੇ ਗੇਟ ਸੇ ਥੋੜੀ ਸੀ ਪਹਿਲੇ ਤੋ ਬਲੈਨੋ ਕਾਰ ਪੇ 3 ਆਦਮੀ ਆਤੇ ਹੈ ਉਨਕੋ ਬੋਲਤੇ ਹੈ ਕਿ ਹਮ ਸਟਾਫ ਕੇ ਆਦਮੀ ਹੈ ਔਰ ਜਹਾਂ ਸੇ ਤੁਮ 258 ਸੇ ਪੈਸੇ ਲੈ ਕੇ ਆਏ ਹੋ ਨਾ ਵਹਾਂ ਸੇ ਵਹਾਂ ਪੇ ਵਾਪਿਸ ਆ ਜਾਓ ਔਰ ਉਨਕੀ ਬਾਈਕ ਕੀ ਚਾਬੀ ਜੋ ਹੈ ਵੋ ਲੈ ਕੇ ਚਲੇ ਜਾਤੇ ਹੈ ਤੋ ਵੋ ਬੋਲਤੇ ਹੈ ਕਿ ਹਮਕੋ ਸਾਥ ਲੈ ਕੇ ਚਲੋ ਆਪ ਸਟਾਫ ਕੇ ਹੋ ਤੋ ਉਨ੍ਹਾਂ ਬੋਲੇ ਨਹੀਂ ਤੁਮ ਆ ਜਾਓ ਐਸੇ ਕਰਕੇ ਉਹ ਹਾਂ ਫਿਰ ਉਹਨੇ ਪਿਸਟਲ ਦਿਖਾਈ ਹੈ ਪਿਸਟਲ ਦਿਖਾ ਕੇ ਜੋ ਲੜਕੋ ਨੇ ਬੋਲਿਆ ਕਿ ਪਿਸਟਲ ਦਿਖਾਈ ਹੈ ਪਿਸਟਲ ਦਿਖਾ ਕੇ ਔਰ ਪੈਸੇ ਲੈ ਕੇ ਚਲੇ ਗਏ ਤੋ ਕਿਸ ਚੀਜ਼ ਦਾ ਕੰਮ ਹੈ ਆਪਕਾ ਮੇਰਾ ਚਾਵਲ ਕਾ ਟ੍ਰੇਡਿੰਗ ਕਾ ਕੰਮ ਹੈ ਤੋ ਜੋ ਦੋ ਲੋਕ ਥੇ ਕਰਮਚਾਰੀ ਥੇ ਆਪਕੇ ਵੋ ਮੇਰੇ ਕਰਮਚਾਰੀ ਹੈ ਔਰ 18 ਲੱਖ ਰੁਪਏ ਮਤਲਬ ਯਹੀ ਮੰਡੀ ਸੇ ਇਕੱਠਾ ਹੋਤਾ ਹੈ ਜੋ ਪੈਸਾ ਵੋ ਯਹਾਂ ਸੇ ਲਿਆ ਨਾ ਚਾਵਲ ਕੀ ਪੇਮੈਂਟ ਆਈ ਵੋ ਪੇਮੈਂਟ ਲਈ ਬੈਂਕ ਮੇ ਕਲੈਕਸ਼ਨ ਕਰਕੇ ਬੈਂਕ ਮੇ ਡਿਪੋਜ਼ਿਟ ਕਰਨੇ ਕੇ ਲਿਏ ਆਪ ਯਹਾਂ ਪੇਮੈਂਟ ਲੈਣੇ ਆਏ ਥੇ ਕਲੈਕਸ਼ਨ ਕੇ ਮੇਰੇ ਜੋ ਲੜਕੇ ਹੈ ਵੋ ਲੈਣੇ ਲੜਕੇ ਆਏ ਵੋ ਯਹੀਂ ਸੇ ਲੇ ਗਏ ਮਤਲਬ ਹਮਾਰਾ ਜੈਸੇ ਕੈਸ਼ ਇਕੱਠਾ ਹੋਤਾ ਨਾ ਫਿਰ ਸ਼ਾਮ ਕੋ ਬੈਂਕ ਮੇ ਡਿਪੋਜ਼ਿਟ ਹੋਤਾ ਵੋ ਤੋ ਲੈ ਕੇ ਜਾ ਰਹੇ ਥੇ ਇਨ ਬਿਟਵੀਨ ਆਪਣਾ ਯਹਾਂ ਵਾਰਦਾਤ ਹੋ ਗਈ तो कितने बजे की बात है ये लगभग 4:30 बजे तो पहचान हुई किसी की सीसीटीवी नहीं में अभी वो CI के स्टाफ की टीमें आई हैं वो चेक कर रही हैं अभी देखो सीसीटीवी लगा हुआ है दुकान पे यहाँ जैसे मंडी है कैमरे तो एक मंडी गेट पे भी कैमरा है मार्केट कमेटी का एक उस मेन गेट पे भी है वहाँ पे भी अब चेक कर रहे हैं अभी वो आए अभी मतलब लड़कों ने पैसे दे दिए बगैर उसके मतलब उन्होंने सोचा कि पुलिस ही है बाकी नहीं पिस्टल दिखाई ना उन्होंने बाद में पिस्टल दिखाई पिस्टल दिखाई क्या नाम आपका कोई बता रहे हैं मेरा नाम है रमेश सचदेवा भाई सब व्यापार कर रहे हैं पता कैसे कैसे लुटेंगे अब क्या पता लगेगा रिवाल्वर दिखा के तो कोई भी डर जाएगा स्टाफ का आदमी रिवाल्वर दिखाई उनकी मोटरसाइकिल लॉक करके मोबाइल भी छीन के ले गए मोबाइल अब तक एक्टिव है उनको फोन मिलाते हैं तो बैल जा रही है अब ये नहीं पता कि उनके पास है और सड़क पर फेंक के चले गए भाई के तो 18 लाख रुपये लुट गए तो पुलिस में लेट क्यों जानकारी दी 5 बजे सवा उनकी जब मोबाइल छीन लिए वो किसी से फोन मांगते फिरे गए 10-5 मिनट में कहीं से फोन मिला फिर उन्होंने मालिक को बुलाया फिर 5:30 बजे के आसपास में पुलिस भी इन्फॉर्म तो लड़के कितने समय से काम कर रहे हैं इनके पास लड़के तो मालिक बता सकता है जी देखो हमारा तो पड़ोसी है हम सुख तो चाहेंगे कार्रवाई हो इस मामले में पूरी जरूर चाहेंगे भाई साहब नहीं चाहेंगे तो सुरक्षा नहीं खत्म हो जाएगी फिर तो हम तो रोज लुटेंगे जी उन्होंने बताया है भी ऐसे ऐसे बात होगी और हम आए हैं टीम में आई है जाँच कर रहे हैं तो पेमेंट लेके गए थे 18 लाख बता रहे हैं 18 लाख और बलेनो गाड़ी में आए हैं बता रहे हैं हाँ बलेनो और कोई वायरलेस सेट वगैरह भी था हाँ सेट भी कह रहे हैं तो पिस्तौल दिखाई है सर नहीं अभी कोई पूछताछ जारी है कर रहे हैं।